ਜੀ ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ نیوز ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਹਾਂਜੀ ਰਾਹਾਂ ਦੇ ਵਿੱਚ ਜਾਂਦੀ ਗਾਣੂ اچانک ਵਿਅਕਤੀ ਨੇ ਮਾਰੀ ਗੋਲੀ ਕੀਤੀ ਹਵਾਨੀਅਤ ਵਾਲੀ ਬਰਬਾਦ ਤਾਜ਼ਾ ਵੱਡੀ ਖਬਰ ਆ ਚੁੱਕਿਆ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਮ ਤੇ ਵੀਡੀਓ ਨੂੰ ਆਤਵਾ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਪ੍ਰਾਪਤ ਜਾਣਕਾਰੀ ਸੇ ਮਾਲਾ ਪਟਿਆਲਾ ਤੋਂ ਸਾਹਮਣੇ ਜਿੱਥੇ ਇੱਕ ਵਿਅਕਤੀ ਬਲੋਂ ਬੇਸਹਾਰਾ ਗਾਣੂ ਗੋਲੀ ਮਾਰ ਕੇ ਮੋਢੇ ਕਾਟ ਉਤਾਰ ਦਿੱਤਾ ਗਿਆ ਦੱਸਿਆ ਗਿਆ ਹੈ ਕਿ ਇਹ ਘਟਨਾ ਪਟਿਆਲਾ ਤੋਂ 500 ਰੋਡ ਤੇ ਸਥਿਤ ਇੱਕ ਇਲਾਕੇ ਤੋਂ ਵਾਪਰੇ ਜੋਦੋ ਇੱਕ ਬੇਸਹਾਰਾ ਗਾਂ ਸੜਕ ਤੇ ਜਾ ਰਹੀ ਸੀ ਅਤੇ ਇੱਕ ਵਿਅਕਤੀ ਵੱਲੋਂ ਗੁੱਸੇ 'ਚ ਆ ਕੇ ਉਸ ਉੱਪਰ ਗੋਲੀ ਜਲਾ ਦਿੱਤੀ ਗਈ ਜਿਸ ਤੋਂ ਬਾਅਦ ਗਾਂ ਦੀ ਮੌਤ ਹੋ ਗਈ ਅਤੇ ਘਟਨਾ ਦੀ ਜਾਣਕਾਰੀ ਮਿਲੰਮਤੇ ਪੁਲਿਸ ਵੱਲੋਂ ਕੜਨਾ ਸਾਹਮ ਤੇ ਪਹੁੰਚ ਕੀਤੀ ਗਈ ਅਤੇ ਵਿਅਕਤੀ ਤੋਂ ਪੁੱਛਗਿੱਛ ਕੀਤੀ ਗਈ ਤੇ ਗ੍ਰਿਫਤਾਰ ਕੀਤਾ ਗਿਆ ਪੁਲਿਸ ਵੱਲੋਂ ਪੁੱਛਿਆ ਜਾਂਦ ਉਸ ਵਿਅਕਤੀ ਨੇ ਦੱਸਿਆ ਹੈ ਕਿ ਇਸ ਗਾਂ ਵੱਲੋਂ ਉਸ ਦੀ ਪਤਨੀ ਨੂੰ ਨੁਕਸਾਨ ਪਹੁੰਚਾਇਆ ਗਿਆ ਜਿਸਦੇ ਚੱਲਦਾ ਹੋਇਆ ਪਤਨੀ ਨੂੰ ਨੁਕਸਾਨ ਪਹੁੰਚਾਉਣ ਗਾਰੇ ਗੁੱਸੇ ਚ ਆ ਕੇ ਉਸਨੇ ਗਾਂ ਦਾ ਕਤਲ ਕਰ ਦਿੱਤਾ ਪੁਲਿਸ ਵੱਲੋਂ ਉਸ ਵਿਅਕਤੀ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਬਾਕੀ ਖਬਰਾਂ ਅੰਦਰ ਦੇਖ ਲੈ ਤੁਹਾਡਾ ਬਹੁਤ ਬਹੁਤ